आज पूरा देश कोरोना महामारी की भयानक बीमारी नाल जूझ रहा है। इस मौके लोगों की सहूलत लई जिथे सरकारां वल्लों जां प्रशासन वल्लों समय समय से जो सहूलतां दित्तियां जा रही ने उन्हां दी कवरेज करन लई समुचे पत्रकारां वल्लों अपने जान की परवाह ना करदिआं दिन रात मेहनत की गई, जिन्हां दा सरकारां अते जिला प्रशासन ने कोई सार नहीं लई अते कोई बंदा सम्मान भी ना दिता। पत्रकारां दी दिन रात कीती मेहनत नूं उस समय बुर पिया जदों लोक भलाई वेलफेयर सोसायटी रजिस्टर्ड मैडिकल दे अहुदेदारां वल्लों अज उन्हां दा मैडल पा के सन्मान भी किया। सन्मान उपरंत प्रैस क्लब बरनाला दे प्रधान श्री चेतन शर्मा जी ने समुचे प्रबंधकां दा धन्नवाद किया अते समुचे प्रैस क्लब दे अहुदेदारां दा भी धन्नवाद किया। एक रिपोर्ट। ਪ੍ਰੈਸ ਕਲੱਬ ਬਰਨਾਲਾ ਦਾ ਤੁਸੀਂ ਕਈ ਪੱਤਰਕਾਰ ਸਨਮਾਨ ਕੀਤਾ ਗਿਆ ਕਿ ਤੁਸੀਂ ਕੀ ਵਿਸ਼ਾ ਤੋਂ ਦਾ ਸਨਮਾਨ ਕਰਨ ਦਾ ਤੁਸੀਂ ਕੀ ਸੋਚ ਕੇ ਸਨਮਾਨ ਕੀਤਾ? ਅਸੀਂ ਜੀ ਇਸ ਚੀਜ਼ ਨੂੰ ਸੋਚ ਕੇ ਕੀਤਾ ਵੀ ਦੇਖਦੇ ਸੀਗੇ ਪੁਲਿਸ ਨੂੰ ਵੀ ਲੋਕ ਬਹੁਤ ਸਨਮਾਨ ਦੇ ਰਹੇ ਸੀ, ਡਾਕਟਰਾਂ ਨੂੰ ਵੀ, ਸਫਾਈ ਕਰਮਚਾਰੀਆਂ ਨੂੰ ਵੀ। ਇਸ ਤਰੀਕੇ ਨਾਲ ਜੋ ਇਸ ਟਾਈਮ ਕਰੋਨਾ ਦੇ ਦਾਇਰੇ ਦੇ ਵਿੱਚ ਆ ਕੇ ਸਾਰਿਆਂ ਨੇ ਆਪਣਾ ਰੋਲ ਨਿਭਾਇਆ, ਉੱਥੇ ਅਸੀਂ ਦੇਖਿਆ ਸੋਸ਼ਲ ਮੀਡੀਆ 'ਤੇ ਵੀ ਦੇਖਦੇ ਸੀ, ਨਿਊਜ਼ਾਂ ਵੀ ਦੇਖਦੇ ਸੀ ਵੀ ਕਿਤੇ ਕੋਈ ਪ੍ਰੈਸ ਦਾ ਸਨਮਾਨ ਨਹੀਂ ਸੀ ਹੋ ਰਿਹਾ। ਇਸ ਕਰਕੇ ਅਸੀਂ ਇਹ ਸੋਚਿਆ ਵੀ ਇਹ ਵੀ ਵੀਰ ਸਾਡੇ ਆਪਣੀ ਜਾਨ ਜੋਖੇ 'ਚ ਪਾ ਕੇ ਸਾਰਾ ਦਿਨ ਇਹ ਕਵਰਿੰਗ ਕਰਦੇ ਆ, ਸੱਚ ਜੋ ਵੀ ਸਾਹਮਣੇ ਲੈ ਕੇ ਆਉਂਦੇ ਆ ਜੋ ਸਾਡੇ ਅੱਖਾਂ ਤੋਂ ਪਰੇ ਹੁੰਦਾ ਗਾ, ਉਹਨਾਂ ਦਾ ਸਨਮਾਨ ਨਹੀਂ ਸੀ ਹੋ ਰਿਹਾ। ਜਦੋਂ ਘਰ ਪਹੁੰਚਦੇ ਸੀਗੇ ਉਹਨਾਂ ਦੇ ਵੀ ਘਰ ਛੋਟੇ ਛੋਟੇ ਬੱਚੇ ਸੀਗੇ, ਉਹਨਾਂ ਨੂੰ ਵੀ ਡਰ ਲੱਗਦਾ ਵੀ ਇਹ ਬਿਮਾਰੀ ਭਿਆਨਕ ਆ ਵੀ ਕਿਤੇ ਸਾਡੇ ਬੱਚਿਆਂ ਨੂੰ ਨਾ ਹੋ ਜਾਵੇ, ਪਰ ਉਹਨਾਂ ਨੂੰ ਐਪਰੀਸ਼ੀਏਟ ਕਿਤੇ ਨਹੀਂ ਕੀਤਾ ਗਿਆ। ਅਸੀਂ ਇਸ ਲਈ ਸਾਰੀ ਸਾਡੀ ਮੀਟਿੰਗ ਹੋਈ ਵੀ ਆਪਾਂ ਨੂੰ ਇਹ ਕਰਨਾ ਚਾਹੀਦਾ। ਅਸੀਂ ਬਰਨਾਲਾ ਪ੍ਰੈਸ ਕਲੱਬ ਦਾ ਸਾਰਿਆਂ ਦਾ ਸਹਿਯੋਗੀ ਧੰਨਵਾਦ ਕਰਦੇ ਹਾਂ ਜੀ, ਉਹਨਾਂ ਨੇ ਸਾਨੂੰ ਸਨਮਾਨ ਕਰਨ ਦਾ ਮੌਕਾ ਦਿੱਤਾ। ਪ੍ਰਧਾਨ ਸਾਹਿਬ, ਪਿਛਲੇ ਦਿਨ ਹੀ ਕਰੋਨਾ ਵਾਇਰਸ ਚੱਲਦੇ ਹੋਏ ਕਰੋਨਾ ਵਾਇਰਸ ਖਤਰਨਾਕ ਬਿਮਾਰੀ ਸੀ ਜਿਹਨਾਂ ਤੋਂ ਲੋਕ ਡਰਦੇ ਹੋਏ ਘਰਾਂ ਘਰਾਂ ਦੇ ਵਿੱਚ ਜਾ ਕੇ ਬੈਠ ਕੇ ਕਈ ਕਈ ਅਫਸਰ ਸ਼ਾਹੀ, ਕਈ ਲੋਕ, ਕਈ ਸਮਾਜ ਸਿੰਘ ਸੇਵੀਆਂ, ਪਰ ਉਹਨਾਂ ਵਿੱਚੋਂ ਇੱਕ ਤੁਸੀਂ ਪ੍ਰੈਸ ਕਲੱਬ ਜਿਨ੍ਹਾਂ ਨੇ ਇੱਕ ਅਹਿਮ ਰੋਲ ਨਿਭਾਇਆ। ਕਈ ਘਰਾਂ ਦੇ ਘਰਾਂ ਵਿੱਚ ਰਾਸ਼ਨ ਪਹੁੰਚਾਇਆ ਗਿਆ, ਕਈਆਂ ਨੇ ਤੁਸੀਂ ਸੇਵਾ ਕੀਤੀ, ਕਈਆਂ ਨੇ ਤੁਸੀਂ ਆਪਣੀ ਮਨੀ ਦੀ ਇਕੱਠੇ ਕਰਕੇ ਸੇਵਾ ਕੀਤੀ, ਅਤੇ ਪ੍ਰਧਾਨ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? 25 ਮਾਰਚ ਤੋਂ ਜਿਹੜੀ ਕੋਵਿਡ-19 ਦੇ ਨਾਲ ਪ੍ਰੈਸ ਕਲੱਬ ਵੱਲੋਂ ਵੀ ਜਿਹੜੀ ਜੰਗ ਹੈ ਲੋਕਾਂ ਨੂੰ ਬਚਾਉਣ ਲਈ ਜਾਰੀ ਸ਼ੁਰੂ ਕੀਤੀ ਸੀ, ਅਤੇ ਜਿਹਦੇ ਤਹਿਤ ਅਸੀਂ ਬਰਨਾਲਾ ਪ੍ਰੈਸ ਕਲੱਬ ਵੱਲੋਂ ਰਾਸ਼ਨ ਵੰਡਣ ਦੀ ਮੁਹਿੰਮ, ਸੰਗਤ ਦੀ ਸੇਵਾ, ਸੰਗਤਾਂ ਵੱਲੋਂ ਅਸੀਂ ਇਹ ਨਾਂ ਦੇ ਉੱਪਰ ਇਹ ਰਾਸ਼ਨ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਸੀ, ਔਰ 25 ਮਾਰਚ ਤੋਂ ਲਗਾਤਾਰ ਇਹ ਜਿਹੜਾ ਰਾਸ਼ਨ ਵੰਡਣ ਦੀ ਮੁਹਿੰਮ ਹੈ ਇਹ ਚਾਲੂ ਹੈ ਜੀ। ਹੁਣ ਵੀ ਚੱਲ ਰਿਹਾ ਰਾਸ਼ਨ, ਇਸ ਵੇਲੇ ਵੀ ਵੰਡਿਆ ਜਾ ਰਿਹਾ ਲੋੜਵੰਦਾਂ ਤੱਕ, ਜਿਹੜਾ ਹੈ ਭੁੱਖੇ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ। ਇਹ ਸਾਰਾ ਜਿਹੜਾ ਸਹਿਯੋਗ ਸੀਗਾ ਇਹ ਵੱਖ ਵੱਖ ਜਥੇਬੰਦੀਆਂ ਵੱਲੋਂ ਵੀ ਸਹਿਯੋਗ ਮਿਲਿਆ, ਔਰ ਸਾਡੇ ਸਾਥੀਆਂ ਨੇ ਜਿਹੜਾ ਹੈ ਨਿੱਜੀ ਤੌਰ 'ਤੇ ਮਿੱਤਰਾਂ ਨੇ, ਸੱਜਣਾਂ ਨੇ ਜਿਹੜੇ ਸੀ ਸਾਡੇ ਆਪਣਾ ਸਾਰਿਆਂ ਨੇ ਰਲ ਮਿਲ ਕੇ ਇਸ ਜੱਗ ਦੇ ਵਿੱਚ ਆਪਣਾ ਹਿੱਸਾ ਪਾਇਆ, ਬਣਦਾ ਯੋਗਦਾਨ ਪਾਇਆ। ਮੈਂ ਤਾਂ ਇਹੀ ਕਹੂੰਗਾ ਵੀ ਇਹ ਜਿਹੜਾ ਭੰਡਾਰਾ ਹੈ ਜਾਂ ਲੰਗਰ ਹੈ ਲੋੜਵੰਦਾਂ ਲੋਕਾਂ ਤੱਕ ਪਹੁੰਚਾਉਣ ਲਈ ਜਿਹੜੀ ਇਹ ਸਹਾਇਤਾ ਹੈ ਇਹ ਭਾਈ ਲਾਲੋ ਦੇ ਵਾਰਸ ਹੈ ਜਿਹੜੇ ਸੇਵਾ ਵਿੱਚ ਸਾਡੇ ਨਾਲ ਸਹਿਯੋਗ ਕਰ ਰਹੇ ਨੇ, ਅਤੇ ਔਰ ਇਸ ਨੂੰ ਜਿਹੜਾ ਹੈ ਭੰਡਾਰੇ ਨੂੰ ਲਗਾਤਾਰ ਚਾਲੂ ਰੱਖਣ ਦੇ ਵਿੱਚ ਸਾਡੀ ਸਹਾਇਤਾ ਕਰ ਰਹੇ ਨੇ। ਬੋਲੋ ਤਾਂ ਸਹੀ, ਪੁੱਛੋ ਜੀ, ਤੁਸੀਂ ਪੁੱਛੋ। ਪ੍ਰਧਾਨ ਸਾਹਿਬ ਕੀਤਾ ਗਿਆ ਜੀ, ਇਹ ਕਿਹਨਾਂ ਵੱਲੋਂ ਕੀਤਾ ਗਿਆ? ਪ੍ਰਧਾਨ ਜੀ, ਅੱਜ ਬਰਨਾਲਾ ਪ੍ਰੈਸ ਕਲੱਬ ਦਾ ਇੱਕ ਸਮਾਜ ਸੇਵੀ ਸੰਸਥਾ ਲੋਕ ਭਲਾਈ ਵੈਲਫੇਅਰ ਸੁਸਾਇਟੀ ਰਜਿਸਟਰਡ ਮਹਿਲ ਕਲਾਂ, ਉਹਨਾਂ ਵੱਲੋਂ ਸਨਮਾਨ ਕੀਤਾ ਗਿਆ।
असी सब तो पहला तो इन्हों का धन्यवाद करते हैं क्योंकि अजिहियां थोड़ियां ही समाज सेवी संस्थावां ने जिन्हां दा पत्रकारां ने बहुत वड्डा योगदान पाया पिछले दो महीनों के अपनी जान नूं हथेली ते रख के करोना की परवाह ना करते हुए दिन रात आइसोलेशन वार्ड तक भी कवरेज की है। तो अक्सर देखन चाहुंदा सी भी हर सरकार हर वर्ग जिहड़ा के सेवा कर रहे उन्हां दा ध्यान रखदा सी लेकिन प्रेस का सन्मान अज तक नहीं किसी ने किया सी। शहर की एक संस्था ने पहला किया सी ते हुण इन्हां ने बहुत वधिया तरीके नाल असीं इन्हां दा धन्नवाद करदे हां। परमिंदर सिंह हमीदी जी ते फिरोज़ खान जी जिहड़े मुढ़ले मैंबर ने इन्हां दे नाल होर साथी भी आए ने इन्हां ने सारे प्रेस क्लब के जिने मैंबर ने टोकन ऑफ लव दे के उन्होंने सन्मान किया। सो सरकार वालों भी सन्मान किया गया सरकार सरकार वालों अज तक किसी किस्म का ना कोई सन्मान ना कोई एपरीशिएट का वर्ड तक नहीं कहा गया। सन्मान करना तो बड़ी दूर की गल होंगी है तो ये कुछ ही संस्थावां होंदिया ने साढ़े जो साथी ने परमिंदर सिंह असी बड़े धन्नवादी हैं इन्हों क्योंकि इन्होंने सोचा एक आके कि हाँ जी ये लोग भी ने जोड़े सेवा कर रहे हैं। मैं समझता भी सब तो औखी सेवा है क्योंकि जो डॉक्टर साहबान ने वो भी अच्छा काम कर रहे पुलिस भी अच्छा काम कर रही है होर भी अच्छा काम कर रहा लेकिन उन्होंने 50 लाख के एक बीमे दे विच भी कवर करता तो बाकी उन्होंने पे भी आँदी है सब कुछ आँदा लेकिन यह एक थैंकलैस जॉब है जिमें मतलब उन्होंने सेवा की है भी जिन्होंने ना तो कोई बीमा है ना कोई कवर है ना कोई यह जी तनखाह ने भी जी उन्होंने परिवार का भला हो सके। सो ये संस्था ने सोचा कि हाँ भी कुछ अजिहे लोग भी है ने जो हजे तक अखों परोखे किए गए सरकार वालों भी उन्होंने सम्मान किया जाए। सरकार वालों कई पत्रकार धक्का किया गया कई पत्रकार खुजल खुआर किया गया कई थान से कई शहर कुटमार भी की गई तो इन्होंने की कहना चाहते बहुत घटिया तो मंदभागी घटना इनू एक नीच हरकत कहा जा सकता क्योंकि असी कदे भी आपदे हित वास्ते बाहर नहीं निकलते साडा सारिया के परिवार है असी जो कोई जाने कवरेज कर भी समाज में एक सीध मिले उन्होंने घरें बैठिया सवेरे 6 बजे 7 बजे उन्होंने न्यूज़ मिले या शाम को चैनलों पर चले न्यूज़ मिले साडा कोई आपका निजी मतलब तो है नहीं ना कोई सानू बाहर जाने का कोई एप्रीशिएशन मिलता। सो अजिही कुछ गलत सोच है कुछ चाहे वह कोई अफसर साहबान हो चंगे माड़े भी चंगे भी होंगे कुछ लेकिन बहुत संख्या अजिहां दी है जिहड़े कि भी हाँ भाई किधर जाना क्यों जाना बहुत ही निंदनयोग ते घटिया गल है असीं इह समझ। और अगर आपने अभी तक हमारा चैनल सब्सक्राइब नहीं किया तो फौरन सब्सक्राइब कीजिए साथ ही बेल आइकॉन पर क्लिक करें ताकि मजीद आने वाली वीडियो जो हम वक्तन फवक्तन आपके लिए इस चैनल पर अपलोड करते हैं वो आपको वक्त पर मिलती रहे और आप उनसे मुस्तफीद होते रहें। अगली वीडियो तक हमें दीजिए इजाजत अपना ख्याल रखिएगा।